ਗੱਲ ਕਰੀਏ ਸਰ ਮੌਕੇ ਦੀ, ਕਾਫੀ ਜਿਹੜੇ ਪੇਸ਼ੈਂਟਸ ਹੈਗੇ ਨੇ ਉਹ ਤੁਹਾਡੇ ਕੋਲ ਆਉਂਦੇ ਨੇ, ਕਿਵੇਂ ਉਹ ਜਿਹੜਾ ਉਸਦਾ ਇਲਾਜ ਕੀਤਾ ਜਾਂਦਾ? ਇਹਦੀ ਜੀ ਬਿਲਕੁਲ ਫ੍ਰੀ ਸੇਵਾ, ਅਸੀਂ ਅੱਜ ਕੱਲ੍ਹ ਸਰਦੀਆਂ ਵਿੱਚ 8 to 8:30 ਤੱਕ ਸ਼ਾਮੀ ਕਰਦੇ ਨੇ, ਵੈਸੇ 7:30 ਵੀ ਚਾਲੂ ਕਰ ਦਿੱਤੀ ਹੈ। ਇਹਦੀ ਬਿਲਕੁਲ ਫ੍ਰੀ ਸੇਵਾ, ਅਸੀਂ ਕੁਛ ਨਹੀਂ ਮੱਸਿਆਂ ਦੇ ਉੱਤੇ ਮਾੜੀ ਜਿਹੀ ਇੱਕ ਦਵਾਈ ਲਗਾਉਣੀ ਹੈ, ਉਹਦੇ ਨਾਲ 3-4 ਦਿਨਾਂ ਦੇ ਵਿੱਚ ਸਾਰਾ ਮੱਸੇ ਜਿੰਨੇ ਵੀ ਉਹ ਝੜ ਜਾਂਦੇ। ਅਸੀਂ ਦੇਖਿਆ ਪੇਸ਼ੈਂਟ 'ਤੇ, ਮੈਂ ਹੁਣੇ ਦਵਾਈ ਲਈ ਆ, 3-4 ਦਿਨਾਂ ਦੇ ਵਿੱਚ ਬਿਲਕੁਲ ਝੜ ਜਾਣਾ। ਉਹ ਪਹਿਲਾਂ ਵੀ ਦਵਾਈ ਸਾਡੇ ਕੋਲ ਲਵਾ ਕੇ ਗਏ ਹੋਏ ਆ, ਉਹਨਾਂ ਦੇ ਗਰਦਨ 'ਤੇ ਸੀਗੇ, ਗਰਦਨ 'ਤੇ ਬਿਲਕੁਲ ਸਾਫ਼ ਹੋ ਗਏ, ਹੁਣ ਅੱਖ ਦੇ ਉੱਪਰ ਸੀਗਾ। ਔਰ ਇਹ ਦਵਾਈ ਨਾਲ ਮੈਨੂੰ ਲਾਉਂਦੇ ਘੱਟੋ ਘੱਟ 20 ਸਾਲ ਹੋ ਗਏ, ਔਰ ਮੈਂ ਪਤਾ ਨਹੀਂ ਹਜ਼ਾਰਾਂ ਬੰਦੇ ਦੇ ਲਾ ਸਕਿਆ, ਰਿਜ਼ਲਟ ਬਹੁਤ ਸੋਹਣਾ ਜੀ। ਜੇ ਗੱਲ ਕਰੀਏ ਸਰ ਹੁੰਦਾ ਕਿਵੇਂ ਇਹ, ਕਿਵੇਂ ਹੋ ਜਾਂਦਾ ਵੀ ਸ਼ਕਲ? ਆਪਣੇ ਮੱਸੇ ਜਿਹੜੇ ਹੈ ਜੀ, ਬੋਡੀ ਦੀ ਇੱਕ ਇਨਫੈਕਸ਼ਨ ਹੈ, ਤੁਸੀਂ ਇਹ ਕਹਿ ਸਕਦੇ ਹੋ ਫੈਟ ਵੀ ਕਹਿ ਸਕਦੇ ਹੋ ਐਕਸਟਰਾ, ਜਾਂ ਸਾਡੇ ਗੁਰੂ ਜੀ ਕਹਿੰਦੇ ਹੁੰਦੇ ਸੀ ਬੋਡੀ ਦੇ ਹਲਕੇ ਪੇਟ ਪੌਦੇ, ਕਿਉਂਕਿ ਬੋਡੀ ਇੱਕ ਮਿੱਟੀ ਤੋਂ ਬਣਦੀ ਹੈ, ਇਸ ਕਰਕੇ ਜਿਵੇਂ ਘਾਹ ਪੈਦਾ ਹੁੰਦਾ ਹੈ ਮੱਸੇ ਉੱਤੇ ਪੈਦਾ ਹੁੰਦੇ, ਪਰ ਅਸੀਂ ਇਹ ਕਹਿੰਦੇ ਕਿ ਆਪਣੇ ਬਲੱਡ ਦੀ ਇਨਫੈਕਸ਼ਨ ਜਿੱਥੇ ਮਾੜਾ ਜਿਹਾ ਦਾਣਾ ਹੁੰਦਾ ਉਹਦਾ ਮੱਸਾ ਬਣ ਜਾਂਦਾ। ਬਾਕੀ ਇਹ ਬੋਡੀ ਨੂੰ ਅੱਛੇ ਨਹੀਂ ਲੱਗਦੇ, ਇਹ 'ਤੇ ਖਾਰਿਸ਼ ਹੁੰਦੀ, ਇੱਛੀ ਹੁੰਦੀ, ਕਈ ਲੋਕ ਤੰਗ ਕਰਦੇ ਆ, ਸਹੀ ਨਹੀਂ ਲੱਗਦੇ, ਅਤੇ ਉਸ ਕਰਕੇ ਫਿਰ ਸਾਡੇ ਕੋਲ ਆਉਂਦੇ, ਅਸੀਂ ਦਵਾਈ ਲਾਈ ਦੀ ਆ, ਤਕਰੀਬਨ 3-4 ਦਿਨਾਂ ਝੜ ਕੇ ਬਿਲਕੁਲ ਸਾਫ਼ ਸਕਿਨ ਉਵੇਂ ਦੀ ਹੋ ਜਾਂਦੀ ਆ, ਅਤੇ ਉਹ ਪਤਾ ਵੀ ਨਹੀਂ ਤਾਂ ਮੱਸਾ ਹੋਇਆ ਸੀ। ਸਤਿ ਸ਼੍ਰੀ ਅਕਾਲ ਸਿਟੀ ਹੈਡਲਾਈਨ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਗੱਲ ਕਰੀਏ ਜੇ ਮੌਕੇ ਮੱਸੇ ਦੀ, ਤਾਂ ਹੁਣ ਸਾਡੇ ਨਾਲ ਹਕੀਮ ਜੀ ਮੌਜੂਦ ਨੇ, ਕਿਉਂਕਿ ਹੁਣੇ ਅਸੀਂ ਦੇਖਿਆ ਕਿ ਉਹ ਉਸਦਾ ਇਲਾਜ ਕਰ ਰਹੇ ਸੀ, ਉਹ ਜਾਣਦੇ ਹੋ ਅਤੇ ਕਿਵੇਂ ਜਿਹੜਾ ਉਸਦਾ ਇਲਾਜ ਕੀਤਾ ਜਾ ਰਿਹਾ ਸੀਗਾ। ਸਰ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਿਟੀ ਹੈਡਲਾਈਨ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੇ ਗੱਲ ਕਰੀਏ ਸਰ ਮੌਕੇ ਦੀ, ਕਾਫੀ ਜਿਹੜੇ ਪੇਸ਼ੈਂਟਸ ਹੈਗੇ ਨੇ ਉਹ ਤੁਹਾਡੇ ਕੋਲ ਆਉਂਦੇ ਨੇ, ਕਿਵੇਂ ਉਹ ਜਿਹੜਾ ਉਸਦਾ ਇਲਾਜ ਕੀਤਾ ਜਾਂਦਾ? ਇਹਦੀ ਜੀ ਬਿਲਕੁਲ ਫ੍ਰੀ ਸੇਵਾ, ਅਸੀਂ ਅੱਜ ਕੱਲ੍ਹ ਸਰਦੀਆਂ ਵਿੱਚ 8 to 8:30 ਤੱਕ ਸ਼ਾਮੀ ਕਰਦੇ ਨੇ, ਵੈਸੇ 7:30 ਵੀ ਚਾਲੂ ਕਰ ਦਿੱਤੀ ਹੈ। ਇਹਦੀ ਬਿਲਕੁਲ ਫ੍ਰੀ ਸੇਵਾ, ਅਸੀਂ ਕੁਛ ਨਹੀਂ ਮੱਸਿਆਂ ਦੇ ਉੱਤੇ ਮਾੜੀ ਜਿਹੀ ਇੱਕ ਦਵਾਈ ਲਗਾਉਣੀ ਹੈ, ਉਹਦੇ ਨਾਲ 3-4 ਦਿਨਾਂ ਦੇ ਵਿੱਚ ਸਾਰਾ ਮੱਸੇ ਜਿੰਨੇ ਵੀ ਉਹ ਝੜ ਜਾਂਦੇ। ਤੁਸੀਂ ਦੇਖਿਆ ਪੇਸ਼ੈਂਟ 'ਤੇ, ਮੈਂ ਹੁਣੇ ਦਵਾਈ ਲਈ ਆ, 3-4 ਦਿਨਾਂ ਦੇ ਵਿੱਚ ਬਿਲਕੁਲ ਝੜ ਜਾਣਾ। ਉਹ ਪਹਿਲਾਂ ਵੀ ਦਵਾਈ ਸਾਡੇ ਕੋਲ ਲਵਾ ਕੇ ਗਏ ਹੋਏ ਆ, ਉਹਨਾਂ ਦੇ ਗਰਦਨ 'ਤੇ ਸੀਗੇ, ਗਰਦਨ 'ਤੇ ਬਿਲਕੁਲ ਸਾਫ਼ ਹੋ ਗਏ, ਹੁਣ ਅੱਖ ਦੇ ਉੱਪਰ ਸੀਗਾ। ਔਰ ਇਹ ਦਵਾਈ ਨਾਲ ਮੈਨੂੰ ਲਾਉਂਦੇ ਘੱਟੋ ਘੱਟ 20 ਸਾਲ ਹੋ ਗਏ, ਔਰ ਮੈਂ ਪਤਾ ਨਹੀਂ ਹਜ਼ਾਰਾਂ ਬੰਦੇ ਦੇ ਲਾ ਸਕਿਆ, ਰਿਜ਼ਲਟ ਬਹੁਤ ਸੋਹਣਾ ਜੀ। ਜੇ ਗੱਲ ਕਰੀਏ ਸਰ ਹੁੰਦਾ ਕਿਵੇਂ ਇਹ, ਕਿਵੇਂ ਹੋ ਜਾਂਦਾ ਵੀ ਸ਼ਕਲ? ਆਪਣੇ ਮੱਸੇ ਜਿਹੜੇ ਹੈ ਜੀ, ਬੋਡੀ ਦੀ ਇੱਕ ਇਨਫੈਕਸ਼ਨ ਹੈ, ਤੁਸੀਂ ਇਹ ਕਹਿ ਸਕਦੇ ਹੋ ਫੈਟ ਵੀ ਕਹਿ ਸਕਦੇ ਹੋ ਐਕਸਟਰਾ, ਜਾਂ ਸਾਡੇ ਗੁਰੂ ਜੀ ਕਹਿੰਦੇ ਹੁੰਦੇ ਸੀ ਬੋਡੀ ਦੇ ਹਲਕੇ ਪੇਟ ਪੌਦੇ, ਕਿਉਂਕਿ ਬੋਡੀ ਇੱਕ ਮਿੱਟੀ ਤੋਂ ਬਣਦੀ ਹੈ, ਇਸ ਕਰਕੇ ਜਿਵੇਂ ਘਾਹ ਪੈਦਾ ਹੁੰਦਾ ਹੈ ਮੱਸੇ ਉੱਤੇ ਪੈਦਾ ਹੁੰਦੇ, ਪਰ ਅਸੀਂ ਇਹ ਕਹਿੰਦੇ ਕਿ ਆਪਣੇ ਬਲੱਡ ਦੀ ਇਨਫੈਕਸ਼ਨ ਜਿੱਥੇ ਮਾੜਾ ਜਿਹਾ ਦਾਣਾ ਹੁੰਦਾ ਉਹਦਾ ਮੱਸਾ ਬਣ ਜਾਂਦਾ, ਠੀਕ ਆ ਜੀ। ਬਾਕੀ ਇਹ ਬੋਡੀ ਨੂੰ ਅੱਛੇ ਨਹੀਂ ਲੱਗਦੇ, ਇਹ 'ਤੇ ਖਾਰਿਸ਼ ਹੁੰਦੀ, ਇੱਛੀ ਹੁੰਦੀ, ਕਈ ਲੋਕ ਤੰਗ ਕਰਦੇ ਆ, ਸਹੀ ਨਹੀਂ ਲੱਗਦੇ, ਅਤੇ ਉਸ ਕਰਕੇ ਫਿਰ ਸਾਡੇ ਕੋਲ ਆਉਂਦੇ, ਅਸੀਂ ਦਵਾਈ ਲਾਈ ਦੀ ਆ, ਤਕਰੀਬਨ 3-4 ਦਿਨਾਂ ਝੜ ਕੇ ਬਿਲਕੁਲ ਸਾਫ਼ ਸਕਿਨ ਉਵੇਂ ਦੀ ਹੋ ਜਾਂਦੀ ਆ, ਅਤੇ ਉਹ ਪਤਾ ਵੀ ਨਹੀਂ ਤਾਂ ਮੱਸਾ ਹੋਇਆ ਸੀਗਾ। ਪਹਿਲਾਂ ਜੇ ਗੱਲ ਕਰੀਏ ਤਾਂ ਪਹਿਲਾਂ ਇਸਦਾ ਇਲਾਜ ਜਿਹੜਾ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਸਰ? ਨਹੀਂ, ਇਲਾਜ ਇਹਦਾ ਐਲੋਪੈਥਿਕ 'ਚ ਲੇਜ਼ਰ ਕਰਦੇ ਆ, ਪਰ ਟੂ ਮੱਚ ਕੋਸਟਲੀ ਹੁੰਦਾ, ਪਰ ਅਸੀਂ ਇਹਦੀ ਫ੍ਰੀ ਸੇਵਾ ਕਰਦੇ, ਔਰ ਮੈਨੂੰ ਕਰਦੇ ਤੁਹਾਨੂੰ ਕਿਹਾ 20 ਸਾਲ ਹੋ ਗਏ, ਔਰ ਮੈਨੂੰ ਦਵਾਈ ਲਗਾਉਂਦੇ ਨੇ, ਔਰ ਰਿਜ਼ਲਟ 101%। ਕਿੱਥੋਂ ਕਿੱਥੋਂ ਲੋਕ ਆਉਂਦੇ ਨੇ? ਸਾਡੇ ਕੋਲ ਬਹੁਤ ਦੂਰੋਂ ਦੂਰੋਂ ਬੰਦੇ ਆਉਂਦੇ ਆ, ਔਰ ਇਹਦੇ ਅਸੀਂ ਕੈਂਪ ਵੀ ਦਿੰਦੇ ਹਾਂ, ਕਈ ਵਾਰ ਅਸੀਂ ਇਹਦਾ ਸੰਡੇ 2 to 4 ਕੈਂਪ ਲਗਾਉਂਦੇ ਹਾਂ। ਉਹ ਸਾਡੇ ਤੁਸੀਂ ਚੈਨਲ 'ਤੇ ਜੁੜ ਸਕਦੇ ਹੋ, ਜਿਹੜਾ ਮੇਰਾ ਚੈਨਲ ਹੈ ਯੂਟਿਊਬ 'ਤੇ, ਵੈਦ ਗਗਨਦੀਪ ਜੈਨ, ਉੱਥੇ ਗ੍ਰੀਨ ਕਲਰ ਦਾ ਲੋਗੋ ਹੋਊਗਾ ਅਤੇ ਵੀ ਬਣੀ ਹੋਊਗੀ, ਉਹਨੂੰ ਸਬਸਕ੍ਰਾਈਬ ਕਰ ਲਓ। ਤਕਰੀਬਨ ਉੱਤੇ ਸੈਚਰਡੇ, ਤੁਹਾਨੂੰ ਹਰ ਸੈਚਰਡੇ ਪਤਾ ਲੱਗੇ ਨਾ ਕਿ ਕਿੱਥੇ ਕੈਂਪ ਲੱਗਦਾ ਪਿਆ, ਕਿੱਥੇ ਫ੍ਰੀ ਸੇਵਾ ਹੋ ਰਹੀ ਹੈ, ਤੁਸੀਂ ਆ ਕੇ ਉੱਥੇ ਵੀ ਆ ਕੇ ਤੁਸੀਂ ਦਵਾਈ ਲਵਾਉਣ ਦਾ ਫਾਇਦਾ ਚੱਕ ਸਕਦੇ। ਜੇ ਤੁਹਾਡੇ ਕੋਲ ਇੱਥੇ ਆਉਣਾ ਹੋਵੇ, ਇੱਥੇ ਆਉਣਾ ਤਾਂ ਤੁਸੀਂ ਰਾਤੀ ਆਉਣਾ ਮੇਰੇ ਕੋਲ, ਰਾਤੀ ਤੁਸੀਂ 8 ਵਜੇ ਤੋਂ ਬਾਅਦ 7:30 ਵਿੱਚ ਇਹ ਆ ਜਾਓ, ਕੋਈ ਚੱਕਰ ਦੀ ਗੱਲ ਨਹੀਂ, 7:30 to 8:30 ਤੱਕ ਮੈਂ ਇੱਥੇ ਵੀ ਫ੍ਰੀ ਸੇਵਾ ਕਰਦਾ। ਸਰ ਜੇ ਕਾਲ 'ਤੇ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹੇ ਤਾਂ? ਮੇਰਾ ਮੋਬਾਈਲ ਨੰਬਰ ਹੈ ਜੀ 94-170-50-496, ਸਰਾਫਾ ਬਾਜ਼ਾਰ, ਹਕੀਮ ਨਰਾਇਣ ਦਾਸ ਲੱਭੂ ਰਾਮ ਜੈਨ, ਮੇਰਾ ਨਾਮ ਹੈ ਜੀ ਵੈਦ ਗਗਨਦੀਪ ਜੈਨ। ਧੰਨਵਾਦ ਜੀ ਦੋਸਤੋ। ਮੈਮ ਕੀ ਪ੍ਰੋਬਲਮ ਸੀ ਤੁਹਾਨੂੰ? ਭਾਅ ਮੇਰੇ ਨਾ ਮੱਸਾ ਹੋਇਆ, ਯਹਾਂ ਪੇ 6 ਮਹੀਨੇ ਹੋ ਗਏ ਹੈ, ਲੇਕਿਨ ਪਹਿਲੇ ਮੈਂ ਥੋੜ੍ਹਾ ਸਾ ਦਰਦ ਆਗਾ ਬਾਂਧਾ, ਫਿਰ ਉਸ ਸੇ ਟੁੱਟਾ ਨਹੀਂ ਹੈ,
तो एक बार मैंने खींचा तो इतना ब्लड निकला था, तो मेरे हस्बैंड तो 10-15 साल से मेडिसिन जहाँ से खा रहे हैं बॉडी वीकनेस की ना, तो खा रहे हैं, उनको बहुत अफेक्टेड है। मैंने खुद भी लेके गई हूँ यहाँ से कोई मेडिसिन, तो मुझे इन्होंने सब बताया कि वहीं से गगन भैया से लगवाओ दवाई, तो वो मैं आज लगवाने आई हूँ। मैम कितनी देर से ये है आपको? ये मेरे को 6 महीने हो गए हैं, ये मसला ठीक नहीं हो रहा। लोग देखते हैं कि डॉक्टर की तरफ भाग जाते हैं पहले, लेकिन मैं डॉक्टर की तरफ गई भी नहीं, मुझे मेरे हस्बैंड ने कहा कि हम वहीं से दिखाएंगे, क्योंकि मैंने कहा कोई इफेक्ट भी ना हो ना अपनी आईज़ की प्रॉब्लम करके ना कोई दिक्कत ना आ जाए। तो वैसे मैंने जैसे जब एक बार पहले खींच लिया था मैं नवंबर में, तो इतना ब्लड निकला था बहुत ज़्यादा, तो अब भैया कह रहे थे कि थोड़े से प्रॉब्लम होगी, हल्की सी पेन हुई है, अब ठीक है, बिल्कुल माइनर सी जैसे हल्की सी पेन हुई है जैसे। हाँ जी, नहीं नहीं, वो भैया ने बोला था कि जैसे पेन पहले ब्लड निकला था ना, पेन होएगी हल्की सी, तो वो माइनर सी हुई, जैसे कोई चोटी काटता ना इतनी सी हुई है, इससे ज्यादा नहीं। अब मेडिसिन पा रहे थे कि पेन वगैरह भी होती है, कहते थे भी ज्यादा पेन। हाँ जी, पहले हो रही थी, तो भाई अब ओके, अब कोई दिक्कत नहीं है, ठीक है। कितने दिन तो इस दुकान पे आ रहे हो? मेरे हस्बैंड और हम खुद, मैं तो चलो 7-8 साल हो गए हैं, इनको तो 10-15 साल हो गए मेडिसिन खाते हुए, अफेक्टेड है आयुर्वेदिक मेडिसिन। कैसा एक्सपीरियंस रहा इस डॉक्टर? बहुत अच्छा है, बहुत अच्छा जी, बहुत अच्छा। क्योंकि मेरे इनको पेट की प्रॉब्लम ज़्यादा रहती है और वैसे वीकनेस भी लगती है, ये एलोपैथी की ओर नहीं जाते, ये नहीं खाते, ये शुरू से ही गगन भैया से मेडिसिन लेते हैं, और खुद मैं आप भी खुद कह रही हूँ कि मैं फैट की लेनी है, वो मिल जाएगी तो मैं इनसे लेके जाऊँगी। यही कहेंगे कि आप इनकी दुकान पर आओ, इनका रिजल्ट बहुत अच्छा है, और मैंने YouTube पे सर्च भी मारा, बहुत अच्छा है, उनकी वीडियोस देख रही हूँ। मैंने वीडियो देख के पहुंचे नहीं नहीं, एक्चुअली मैं तो ये तो अभी इन्होंने बताया ना, मैं भैया कह रहे हैं शूट करते, मैंने कहा फिर इनका चैनल होगा जी। तो वो मैंने YouTube पे भी सर्च मारा, तो इनकी काफ़ी वीडियोस है जी। तो बाकी सुनूंगी मैं। हाँ जी हाँ जी, अफेक्टेड है इनकी मेडिसिन ना, शुरू से ही ये फेमस है, सर्वाइकल की तो बहुत ज़्यादा इनके वो जो होती है ना वो लेके गए हैं, उनका फ़र्क भी है सबको।